ਤਿੰਨ ਬੰਦੇ ਹੁੰਦੇ ਆ ਰੋਜ਼ ਤਰ੍ਹਾਂ ਅਤੇ ਰਾਤ 10 ਵਜੇ ਇੱਥੇ ਕੰਮ ਬੰਦ ਕਰਦੇ ਹਾਂ ਅਤੇ ਮੁੜ ਕੇ ਆਪਣੇ ਘਰਾਂ ਚਲੇ ਜਾਂਦੇ ਹਾਂ। ਜਦੋਂ ਸਵੇਰੇ ਸਾਨੂੰ ਫੋਨ ਗਿਆ ਮਾਲਕ ਦਾ ਕਿ 7 ਵਜੇ ਕਿ ਤੁਹਾਡਾ ਠੇਕਾ ਟੁੱਟ ਗਿਆ ਅਤੇ ਮਿੰਟੋ ਮਿੰਟ ਹੀ ਤੁਸੀਂ ਠੇਕੇ 'ਤੇ ਪਹੁੰਚੋ। ਉਦੋਂ ਅਸੀਂ ਆ ਕੇ ਦੇਖਿਆ ਕੋਈ 7:45 ਦਾ ਟਾਈਮ ਆ ਅਤੇ ਠੇਕੇ ਆ ਮਤਲਬ ਉੱਥੋਂ ਗਲਾ ਵੱਡਾ ਸੀ ਅਤੇ ਆ ਕੇ ਅਸੀਂ ਕੁਝ ਮਤਲਬ ਤੋੜ ਦਿੱਤੀ ਆ ਅਤੇ ਮੌਕੇ 'ਤੇ ਪੁਲਿਸ ਪਹੁੰਚੀ ਆ ਅਤੇ ਆ ਕੇ ਮੌਕਾ ਦੇਖਿਆ। ਮਾਲਕ ਵੀ ਇਕੱਠੇ ਹੋਏ ਆ, ਬਹੁਤ ਪਬਲਿਕ ਇਕੱਠੀ ਹੋਈ ਆ ਅਤੇ ਸਾਰਿਆਂ ਨੂੰ ਮੌਕਾ ਦਿੱਤਾ। ਸਾਡੇ ਤੋਂ ਇਲਾਵਾ ਇੱਕ ਲਾਗੇ ਹੋਰ ਦੁਕਾਨ ਹੈਗੀ ਆ, ਉਹਨੂੰ ਵੀ ਭੰਨਿਆ ਉਹਨਾਂ ਨੇ, ਉਹਦਾ ਵੀ ਗਲਾ ਪਾੜਿਆ ਵਾ ਅਤੇ ਉਹਦਾ ਵੀ ਸਾਥ ਕੀਤਾ ਉਹਨਾਂ ਨੇ। ਇਹ 9100 ਰੁਪਏ ਦਾ ਆਇਆ ਵਾ ਅਤੇ 4 ਵਾਲੀਆਂ ਬੋਲਾਂ ਨੀਆਂ, 2 ਆਰਸੀ, 2 ਰੋਸਟੈਕ। ਹਰੀਵਾਲ ਦੇ ਵਿੱਚ ਜਿਹੜੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਆਹ ਸਾਡੇ ਕੋਲ ਲਖਵਿੰਦਰ ਸਿੰਘ ਹੈ, ਠੇਕੇ ਦਾ ਜਿਹੜਾ ਸੇਲਮੈਨ ਆ, ਉਹਨੇ ਇਨਫੋਰਮੇਸ਼ਨ ਦਿੱਤੀ ਵੀ ਰਾਤ ਠੇਕਾ ਬੰਦ ਕਰਕੇ ਗਏ ਸੀ। ਸਵੇਰੇ ਆ ਕੇ ਦੇਖਿਆ ਤਾਂ ਇੱਕ ਸਾਈਡ ਤੋਂ ਬਾਹਰ ਤੋੜ ਕੇ ਚਾਰ ਮੋਰਨਾ ਸਟੇਟਮੈਂਟ ਲੈ ਲਈ, ਇਹਦੇ ਆਧਾਰ 'ਤੇ ਦੇਖ ਰਹੇ ਆਡੈਂਟੀਫਾਈ ਕਰ ਰਹੇ।